ਪਹਿਲੇ ਨੰਬਰ 'ਤੇ ਰਹਿਣ ਵਾਲੀ ਟੀਮ ਨੂੰ 51,000 ਰੁਪਏ ਦਾ ਇਨਾਮ ਅਤੇ ਦੂਜੇ ਨੰਬਰ 'ਤੇ ਰਹਿਣ ਵਾਲੀ ਟੀਮ ਨੂੰ 31,000 ਦੀ ਰਾਸ਼ੀ ਦਿੱਤੀ ਗਈ ਹੈ। ਇਸ ਮੌਕੇ ਵਧੀਆ ਜਾਫੀ ਅਤੇ ਰੇਡਰ ਨੂੰ ਇੱਕ ਇੱਕ ਮੋਟਰਸਾਈਕਲ ਦੇ ਕੇ ਨਿਵਾਜ਼ਿਆ ਗਿਆ। ਇਸ ਮੌਕੇ ਇਲਾਕੇ ਭਰ ਦੇ ਦਰਸ਼ਕਾਂ ਨੇ ਇਸ ਕਬੱਡੀ ਟੂਰਨਾਮੈਂਟ ਦਾ ਆਨੰਦ ਮਾਣਿਆ। ਨਾਮ ਪ੍ਰਦੀਪ ਸਿੰਘ ਦੀਪਾ ਜੀ, ਪਿੰਡ ਖਾਈ। ਹਾਂਜੀ, ਸਾਨੂੰ ਬਹੁਤ ਵਧੀਆ ਲੱਗਿਆ ਜੀ ਇੱਥੇ ਖੇਡ ਕੇ। ਕਮੇਟੀ ਬਹੁਤ ਵਧੀਆ ਸੀਗੀ, ਵੀ ਟੂਰਨਾਮੈਂਟ ਬਹੁਤ ਵਧੀਆ ਲੱਗਿਆ ਜੀ, ਵਧੀਆ ਵਿਨਰ ਹੋਏ ਆ। ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਹਾਂ ਵੀ ਚੰਗੀ ਮਿਹਨਤ ਕਰੋ ਜੀ, ਕਿਸੇ ਗਲਤ ਕੋਲ ਧੱਕੇ ਨਾ ਚੜੋ ਅਤੇ ਆਪਦੇ ਵਧੀਆ ਨਸ਼ਿਆਂ ਤੋਂ ਬਚ ਕੇ ਰਹੋ, ਵਧੀਆ ਪਲੇਅਰ ਬਣੋ ਅਤੇ ਵਧੀਆ ਖੁਰਾਕ ਹੋ। ਮੇਰਾ ਨਾਂ ਜੀ ਰਾਮ ਸਿੰਘ ਜੀ, ਮੇਰਾ ਪਿੰਡ ਖਾਰਾ ਜੀ, ਅਤੇ ਮੈਂ ਮਚਾਕੀ ਮਨ ਸਿੰਘ ਨੂੰ ਖੇਡਦਾ ਸੀ ਜੀ। ਅਸੀਂ ਸੈਕਿੰਡ ਰਹੇ ਹਾਂ, ਬਹੁਤ ਜ਼ੋਰ ਲੱਗ ਗਈ ਸੈਕਿੰਡ ਰਹੇ ਹਾਂ, ਪਰ ਫਾਈਨਲ ਮੈਚ ਹਾਰ ਗਏ। ਉਹਨਾਂ ਦੀ ਟੀਮ ਵਧੀਆ ਸੀਗੀ ਅਤੇ ਸਾਡੀ ਟੀਮ ਦੇ ਕੁਛ ਕੁ ਪਲੇਅਰ ਘੱਟ ਸੀਗੇ, 60 ਫੇਟ ਲੱਗੀ ਸੀਗੀ 1-2 ਜਣਿਆਂ ਦੀ। ਚਲੋ ਉਹ ਵੀ ਟੀਮ ਵਧੀਆ, ਸਾਡੇ ਆਪਦੇ ਹੀ ਭਰਾ ਜੀ, ਉਹ ਜਿੱਤ ਗਏ ਜੀ, ਅਤੇ ਕੋਈ ਚੱਕਰ ਨਹੀਂ ਸਾਡਾ। ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਖਿਡਾਰੀਆਂ? ਹਾਂਜੀ, ਦੁਬਾਰਾ ਦੱਸੋ ਜਿਹੜੀ ਨਸ਼ਿਆਂ ਦੇ ਵਿੱਚ ਡੁੱਬ ਚੁੱਕੇ ਨੇ ਮੈਂ ਇਹੀ ਸੰਦੇਸ਼ ਦੇਣਾ ਚਾਹੁੰਦਾ ਜੀ, ਬਈ ਨਸ਼ਿਆਂ ਤੋਂ ਬਚੋ ਜੀ, ਸਾਰੇ ਮੁੰਡੇ ਜਿੰਨੇ ਵੀ ਆਈ, ਕਿਉਂ ਅੱਗੇ ਪੰਜਾਬ ਦੇ ਸਭ ਮੁੰਡਿਆਂ ਦੇ ਬਹੁਤ ਵੱਡੇ ਕੱਦ ਕਾਠ ਹੁੰਦੇ ਸੀ ਜੀ। ਅੱਜ ਕੱਲ੍ਹ ਹੀ ਬਹੁਤ ਉਹ ਜਿਹਾ ਚੱਕਰ ਹੋਇਆ ਵੀ ਕਿਸੇ ਦਾ ਕੱਦ ਵੀ ਨਹੀਂ, ਕਿਸੇ ਛਾਤੀ ਛੁੱਤੀ ਵੀ ਨਹੀਂ। ਮੈਂ ਤਾਂ ਕਹਿੰਦਾ ਮਿਹਨਤ ਕਰਨੀ, ਨਸ਼ੇ ਪੱਤੇ ਤੋਂ ਰਹਿਤ ਰਹਿਣੀ, ਅਤੇ ਸਾਰੇ ਖਿਡਾਰੀ ਹੋਰ ਵੀ ਮੁੰਡੇ ਬਹੁਤ ਪਲੇਅਰ ਬਣ ਜੀ। ਪੁਸ਼ਕਰ ਬਰਾੜ ਜੀ, ਬਹੁਤ ਹੀ ਵਧੀਆ ਰਿਸਪੋਂਸ ਰਿਹਾ, ਜਿੱਦਾਂ ਕਿ ਸਾਰੇ ਯੂਥ ਵੱਲੋਂ, ਮੁਕਤਸਰ ਦੇ ਯੂਥ ਵੱਲੋਂ ਕਰਵਾਇਆ ਗਿਆ, ਤੁਸੀਂ ਦੇਖਿਆ ਹੀ ਹੋਣਾ ਜੀ, ਪੂਰੇ ਲੋਕਾਂ ਨੇ ਆ ਕੇ ਇੱਥੇ ਦੇਖਿਆ, ਪੂਰਾ ਉਤਸ਼ਾਹ ਸੀ ਲੋਕਾਂ 'ਚ ਅਤੇ ਪੂਰਾ ਭਰਮਾ ਹੰਗਾਰਾ ਮਿਲਿਆ ਜੀ ਸਾਨੂੰ। ਇਹਦੇ 'ਚ 8 ਟੀਮਾਂ ਨੇ ਭਾਗ ਲਿਆ ਸੀਗਾ ਜੀ, ਜਿਹਦੇ 'ਚ ਇੰਟਰਨੈਸ਼ਨਲ ਪਲੇਅਰ ਸੀਗੇ ਚੰਗੇ, ਅਤੇ ਉਹਨਾਂ ਨੇ, ਤੁਸੀਂ ਮੈਚ ਬਾਕੀ ਦੇਖੇ ਹੀ ਆ, ਬਹੁਤ ਵਧੀਆ ਅਤੇ ਆਲ ਓਪਨ ਦਾ ਟੂਰਨਾਮੈਂਟ ਸੀਗਾ ਜੀ। ਫਸਟ ਲਈ ਜੀ 51,000 ਰੁਪਇਆ, ਸੈਕਿੰਡ ਲਈ 31, ਥਰਡ ਲਈ 11 ਜੀ, ਅਤੇ 2 ਮੋਟਰਸਾਈਕਲ ਹੈ ਜੀ, ਰੇਡਰ ਅਤੇ ਜਾਫੀ। ਮੁਕਤਸਰ ਤੋਂ ਤਰਸੇਮ ਢੁੱਡੀ ਦੀ ਰਿਪੋਰਟ, ਜਗਤ ਸੇਵਕ, ਵੈਬ ਟੀਵੀ।